ਸਤਿਗੁਰੂ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸ਼ਾਲੂ ਤੁਹਾਡਾ ਸਵਾਗਤ ਕਰਦੀ ਹਾਂ ਤੇ ਹੁਣ ਨਜ਼ਰ ਕਰਦੇ ਹਾਂ ਅੱਜ ਦੀਆਂ 10 ਮੁੱਖ ਖਬਰਾਂ ਦੇ ਬਾਅਦ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੰਦ ਗੈਂਗਸਟਰਾਂ ਨੂੰ ਨਹੀਂ ਰੱਖਿਆ ਜਾਵੇਗਾ ਪੰਜਾਬ ਇਹਨਾਂ ਗੈਂਗਸਟਰਾਂ ਨੂੰ ਅੰਡੇਮਾਨ ਨਿਕੋਬਾਰ ਭੇਜਣ ਦੀ ਤਿਆਰੀ ਐਨਆਈਏ ਕਰ ਸਕਦੀ ਹੈ ਵੱਡੀ ਕਾਰਵਾਈ ਆਈਪੀਐਲ ਕ੍ਰਿਕਟਰ ਤੋਂ ਰਿਸ਼ਵਤ ਲੈਣ ਦਾ ਮਾਮਲਾ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਅਰਜੀਤ ਸਿੰਘ ਚੰਨੀ ਪਰ ਆਰਟੀਆਈ ਨੇ ਖੁੱਲ੍ਹ ਕੇ ਖੋਲੇ ਭੇਦ ਦੱਸਿਆ ਕਿ ਹਾਲੇ ਤੱਕ ਕ੍ਰਿਕਟਰ ਨੇ ਨਹੀਂ ਦਰਜ ਕਰਵਾਈ ਹੈ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਖੋਭਿਆ ਛੁਰਾ ਸੀਐਮ ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਤੇ ਪਲਟ ਜਵਾਬ ਮੁੱਖ ਮੰਤਰੀ ਨੂੰ ਕੁਝ ਨਹੀਂ ਪਤਾ 2 ਸਾਲਾਂ ਪਿੱਛੋਂ ਇਸ ਨੂੰ ਹੁਣ ਚੰਗੀ ਤਰ੍ਹਾਂ ਰਗੜਾ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਮੂੰਹ ਤੋੜ ਜਵਾਬ ਪੰਜਾਬ ਪੁਲਿਸ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਚਲਾਇਆ ਸਰਚ ਆਪਰੇਸ਼ਨ ਸਟੇਸ਼ਨ ਤੋਂ ਲੈ ਕੇ ਬੱਸ ਅੱਡਿਆਂ ਤੱਕ ਲਿੱਤੀ ਗਈ ਤਲਾਸ਼ੀ ਪੰਜਾਬ ਪੁਲਿਸ ਦੇ ਸਰਚ ਆਪਰੇਸ਼ਨ ਦੇ ਵਿੱਚ 141 ਲੋਕ ਗ੍ਰਿਫਤਾਰ ਲੱਖਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਐਲਨ ਮਸਕ ਨੇ ਪੋਸਟ ਪੜਨ ਦੀ ਲਿਮਿਟ ਕੀਤੀ ਤੈਅ ਅਕਾਊਂਟ ਵੈਰੀਫਾਈਡ ਨਾ ਹੋਣ ਤੇ ਵੀ ਰੋਜ਼ਾਨਾ ਪੜ ਸਕੋਗੇ 1000 ਟਵੀਟ ਛੱਤੀਸਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਜਾਇਆ ਚੋਣ ਬਿਗਲ ਬਿਲਾਸਪੁਰ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਕੀਤੀ ਰੈਲੀ ਬੀਯੂਕੇ ਉਗਰਾਹਾਂ ਦੇ ਵੱਲੋਂ ਕਿਸਾਨਾਂ ਅਤੇ 8736 ਕੱਚੇ ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਰਾਧਾ ਸਵਾਮੀ ਡੇਰੇ ਦੇ ਬਾਹਰ ਖੜੀ ਸੰਗਤ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਔਰਤਾਂ ਸਮੇਤ 3 ਲੋਕਾਂ ਦੀ ਮੌਤ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਲਈ ਨਹੀਂ ਜਲਦ ਮਿਲਾਂਗੇ ਕੁਝ ਹੋਰ ਨਵੀਂ ਤੇ ਤਾਜ਼ੀ ਖਬਰਾਂ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿਗੁਰੂ ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸ਼ਾਲੂ ਤੁਹਾਡਾ ਸਵਾਗਤ ਕਰਦੀ ਹਾਂ ਤੇ ਹੁਣ ਨਜ਼ਰ ਕਰਦੇ ਹਾਂ ਅੱਜ ਦੀਆਂ 10 ਮੁੱਖ ਖਬਰਾਂ ਦੇ ਬਾਅਦ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਬੰਦ ਗੈਂਗਸਟਰਾਂ ਨੂੰ ਨਹੀਂ ਰੱਖਿਆ ਜਾਵੇਗਾ ਪੰਜਾਬ ਇਹਨਾਂ ਗੈਂਗਸਟਰਾਂ ਨੂੰ ਅੰਡੇਮਾਨ ਨਿਕੋਬਾਰ ਭੇਜਣ ਦੀ ਤਿਆਰੀ ਐਨਆਈਏ ਕਰ ਸਕਦੀ ਹੈ ਵੱਡੀ ਕਾਰਵਾਈ ਆਈਪੀਐਲ ਕ੍ਰਿਕਟਰ ਤੋਂ ਰਿਸ਼ਵਤ ਲੈਣ ਦਾ ਮਾਮਲਾ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਅਰਜੀਤ ਸਿੰਘ ਚੰਨੀ ਪਰ ਆਰਟੀਆਈ ਨੇ ਖੁੱਲ੍ਹ ਕੇ ਖੋਲੇ ਭੇਦ ਦੱਸਿਆ ਕਿ ਹਾਲੇ ਤੱਕ ਕ੍ਰਿਕਟਰ ਨੇ ਨਹੀਂ ਦਰਜ ਕਰਵਾਈ ਹੈ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਖੋਭਿਆ ਛੁਰਾ ਸੀਐਮ ਭਗਵੰਤ ਮਾਨ ਦਾ ਕੈਪਟਨ ਅਮਰਿੰਦਰ ਸਿੰਘ ਤੇ ਪਲਟ ਜਵਾਬ ਮੁੱਖ ਮੰਤਰੀ ਨੂੰ ਕੁਝ ਨਹੀਂ ਪਤਾ 2 ਸਾਲਾਂ ਪਿੱਛੋਂ ਇਸ ਨੂੰ ਹੁਣ ਚੰਗੀ ਤਰ੍ਹਾਂ ਰਗੜਾ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤਾ ਮੂੰਹ ਤੋੜ ਜਵਾਬ ਪੰਜਾਬ ਪੁਲਿਸ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਚਲਾਇਆ ਸਰਚ ਆਪਰੇਸ਼ਨ ਸਟੇਸ਼ਨ ਤੋਂ ਲੈ ਕੇ ਬੱਸ ਅੱਡਿਆਂ ਤੱਕ ਲਿੱਤੀ ਗਈ ਤਲਾਸ਼ੀ ਪੰਜਾਬ ਪੁਲਿਸ ਦੇ ਸਰਚ ਆਪਰੇਸ਼ਨ ਦੇ ਵਿੱਚ 141 ਲੋਕ ਗ੍ਰਿਫਤਾਰ ਲੱਖਾਂ ਦੀ ਹੈਰੋਇਨ ਅਤੇ ਹਥਿਆਰ ਬਰਾਮਦ ਐਲਨ ਮਸਕ ਨੇ ਪੋਸਟ ਪੜਨ ਦੀ ਲਿਮਿਟ ਕੀਤੀ ਤੈਅ ਅਕਾਊਂਟ ਵੈਰੀਫਾਈਡ ਨਾ ਹੋਣ ਤੇ ਵੀ ਰੋਜ਼ਾਨਾ ਪੜ ਸਕੋਗੇ 1000 ਟਵੀਟ ਛੱਤੀਸਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਜਾਇਆ ਚੋਣ ਬਿਗਲ ਬਿਲਾਸਪੁਰ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਕੀਤੀ ਰੈਲੀ ਬੀਯੂਕੇ ਉਗਰਾਹਾਂ ਦੇ ਵੱਲੋਂ ਕਿਸਾਨਾਂ ਅਤੇ 8736 ਕੱਚੇ ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ ਰਾਧਾ ਸਵਾਮੀ ਡੇਰੇ ਦੇ ਬਾਹਰ ਖੜੀ ਸੰਗਤ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਔਰਤਾਂ ਸਮੇਤ 3 ਲੋਕਾਂ ਦੀ ਮੌਤ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਅੱਜ ਲਈ ਨਹੀਂ ਜਲਦ ਮਿਲਾਂਗੇ ਕੁਝ ਹੋਰ ਨਵੀਂ ਤੇ ਤਾਜ਼ੀ ਖਬਰਾਂ ਦੇ ਨਾਲ ਉਦੋਂ ਤੱਕ ਲਈ ਧੰਨਵਾਦ